ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੀ। ਗੁਰੂ ਰੂਪ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਤੁਸੀਂ ਵਾਹਿਗੁਰੂ ਨਾਮ ਸਿਮਰਨ ਦੇ ਨਾਲ ਸੰਗਤਾਂ ਜੁੜੀਆਂ ਨੇ, ਔਰ ਸਿੱਖੀ ਦੇ ਘਰ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਸੁਮੇਲ ਇਸ ਤਰ੍ਹਾਂ ਦਾ ਹੈ ਜਿਹੜਾ ਦੁਨੀਆਂ ਦੇ ਵਿੱਚ ਉਹ ਕਿਤੇ ਨਹੀਂ ਮਿਲਦਾ। ਬਹੁਤ ਸਾਰੀਆਂ ਮੋਟੀਆਂ ਮੋਟੀਆਂ ਚੀਜ਼ਾਂ ਸਾਨੂੰ ਬਣਾ ਵੀ ਦਿੱਤੀਆਂ ਜਾਂਦੀਆਂ ਵਾ, ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਧਰਮ ਅਤੇ ਰਾਜਨੀਤੀ ਇੱਥੇ ਇਕੱਠੀ ਆ, ਜਿੱਥੇ ਸ਼ਸਤਰ ਅਤੇ ਮਾਲਾ ਦੋਵੇਂ ਚੀਜ਼ਾਂ ਇਕੱਠੀਆਂ ਨੇ, ਵੀ ਜਿੱਥੇ ਸਿੱਖ ਦੇ ਹੱਥ ਵਿੱਚ ਮਾਲਾ ਆ ਉੱਥੇ ਸਾਡੇ ਗਤਰੇ ਕਿਰਪਾਨ ਵੀ ਆ ਜਿਹੜਾ ਕਿ ਸ਼ਸਤਰ ਦਾ ਪ੍ਰਤੀਕ ਹੈ। ਇੱਥੇ ਦੁਨਿਆਵੀ ਅਤੇ ਰੂਹਾਨੀ ਇਕੱਠੀ ਹੈ, ਜਿਵੇਂ ਬਹੁਤੇ ਜਦੋਂ ਸਿੱਖੀ ਇਸ ਧਰਤੀ ਦੇ ਜੇ ਹੋਂਦ ਵਿੱਚ ਨਹੀਂ ਹੈ, ਪ੍ਰਗਟ ਨਹੀਂ ਹੋਈ ਤਾਂ ਦੁਨੀਆਂ ਨੇ ਇਹ ਮੰਨਿਆ ਕਿ ਜਿਹੜੇ ਧਾਰਮਿਕ ਲੋਕ ਆ ਉਹਨਾਂ ਦਾ ਦੁਨੀਆਂ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ, ਉਹ ਸੰਨਿਆਸੀ ਹੋ ਜਾਂਦੇ, ਦੁਨੀਆਂ ਨੂੰ ਛੱਡ ਕੇ ਚਲੇ ਜਾਂਦੇ। ਪਰ ਸਿੱਖੀ ਨੇ ਕਿਹਾ ਕਿ ਨਹੀਂ, ਇਹ ਦੋਵੇਂ ਚੀਜ਼ਾਂ ਇਕੱਠੀਆਂ ਨੇ, ਤੁਸੀਂ ਦੁਨੀਆਂ ਦੇ ਵਿੱਚ ਰਹਿੰਦੇ ਹੋਏ ਧਰਮ ਨੂੰ ਕਮਾਉਣਾ। ਸੋ ਇਵੇਂ ਬਹੁਤ ਸਾਰੀਆਂ ਚੀਜ਼ਾਂ ਦਾ ਸੁਮੇਲ ਹੈ ਜਿਹੜਾ ਚੱਲਦਾ ਹੈ, ਉਸੇ ਤਰ੍ਹਾਂ ਦੀ ਬਾਣੀ ਦਾ ਨਾਮ ਸਿਮਰਨ ਦਾ ਸੁਮੇਲ ਜਿਹੜਾ ਹੈ, ਜਿੱਥੇ ਸਿੱਖ ਨੇ ਆਪਣਾ ਜੀਵਨ ਉੱਚਾ ਕਰਨਾ ਹੈ, ਨਾਮ ਸਿਮਰਨ ਕਰਨਾ ਹੈ, ਉੱਥੇ ਉਹਦੇ ਨਾਲ ਇੱਕ ਹੋਰ ਸੁਮੇਲ ਆ ਵੀ ਉਹਨੇ ਇੱਕ ਸਿੱਖ ਹੋਣ ਦੇ ਨਾਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ, ਪੰਜਾਬ ਦੀ ਚੜ੍ਹਦੀ ਕਲਾ ਦੇ ਲਈ, ਸਿੱਖੀ ਦੀ ਚੜ੍ਹਦੀ ਕਲਾ ਦੇ ਲਈ ਯਤਨਸ਼ੀਲ ਵੀ ਰਹਿਣਾ। ਇਸੇ ਕਰਕੇ ਰਹਿਤ ਮਰਿਆਦਾ ਦੇ ਵਿੱਚ ਜਦੋਂ ਤੁਸੀਂ ਪੜ੍ਹਦੇ ਹੋ ਉਹਦੇ ਵਿੱਚ ਇਹ ਗੱਲ ਲਿਖੀ ਗਈ ਹੈ ਕਿ ਜਿਹੜੀ ਸਿੱਖ ਦੀ ਸੇਵਾ ਹੈ ਉਹ ਲੰਗਰ ਪ੍ਰਸ਼ਾਦੇ ਜਾਂ ਜਿਹੜਾ ਝਾੜੂ ਪੋਚਾ ਆਦਿ ਕਰਨ ਤੋਂ ਅੱਗੇ ਹੈ, ਇੱਥੇ ਰੋਕ ਨਹੀਂ ਜਾਂਦੀ ਕਿ ਸਿੱਖਾਂ ਦੀ ਸੇਵਾ ਜਿਹੜੀ ਆ, ਜੇ ਕੋਈ ਇਹ ਮੰਨੇ ਕਿ ਉਹ ਲੰਗਰਾਂ ਤੱਕ ਸੀਮਤ ਆ ਜਾਂ ਨਰੀਆਂ ਝਾੜਨ ਤੱਕ ਸੀਮਤ ਆ, ਤੇ ਐਵੇਂ ਨਹੀਂ, ਇੱਥੇ ਤੱਕ ਸੀਮਤ ਨਹੀਂ, ਇਹ ਮਰਿਆਦਾ ਕਹਿੰਦੀ ਹੈ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਔਰ ਉਹਦੇ ਵਿੱਚ ਇਹਨਾਂ ਨੂੰ ਇਹ ਗੱਲ ਕਹੀ ਕਿ ਸਿੱਖ ਨੇ ਇਹ ਜਿਹੜੀ ਸੇਵਾ ਕਰਨੀ, ਸਿੱਖ ਦੀ ਸਾਰੀ ਜ਼ਿੰਦਗੀ ਪਾਰਉਪਕਾਰਦੀ ਆ, ਔਰ ਸਿੱਖ ਨੇ ਇਹ ਸੇਵਾ ਜਥੇਬੰਦ ਹੋ ਕੇ ਕਰਨੀ, ਰਹਿਤ ਮਰਿਆਦਾ ਦੇ ਸ਼ਬਦ ਨੇ ਸਾਰੇ, ਤੇ ਜਥੇਬੰਦ ਹੋ ਕੇ ਕਰਨੀ ਹੈ, ਤੇ ਉਸ ਜਥੇਬੰਦੀ ਦਾ ਨਾਮ ਪੰਥ ਹੈ, ਔਰ ਅਸੀਂ ਪੰਥਕ ਰੂਪ ਦੇ ਵਿੱਚ ਜਿਹੜੀ ਸੇਵਾ ਕਰਨੀ ਹੈ ਜਿਹੜੀ ਕਿ ਲੰਗਰਾਂ ਤੋਂ ਸਾਡੇ ਗੁਰਦੁਆਰਿਆਂ ਦੇ ਪ੍ਰਬੰਧ ਤੋਂ ਉੱਪਰ ਆ, ਉਹ ਅਸੀਂ ਪੰਥਕ ਰੂਪ 'ਚ ਕਰਨੀ, ਇਹ ਹੈ ਮਰਿਆਦਾ ਦਾ ਕਹਿਣ ਦਾ ਮਤਲਬ। ਸੋ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰੇ ਦੇ ਸੁਮੇਲ ਨੂੰ ਜਿਹੜਾ ਨਾਲ ਲੈ ਕੇ ਚੱਲਣਾ ਪਏਗਾ, ਜੇ ਤੁਸੀਂ ਸਿੱਖੀ ਦੇ ਘਰ ਦੇ ਵਿੱਚ ਉਹ ਵੀ ਇੱਕ ਚੀਜ਼ ਕੱਢ ਦਿਓ ਤਾਂ ਸਿੱਖੀ ਜਿਹੜੀ ਆ ਪੂਰੀ ਨਹੀਂ ਹੁੰਦੀ, ਜੇ ਤੁਸੀਂ ਇਕੱਲਾ ਨਾਮ ਸਿਮਰਨ ਰੱਖੋ ਤੇ ਗਾਤਰੇ ਕਿਰਪਾਨ ਲਾਤੇ ਜੇ ਤਾਂ ਸਿੱਖ ਪੂਰਾ ਨਹੀਂ ਹੁੰਦਾ, ਸਿੰਘ ਪੂਰਾ ਨਹੀਂ ਹੁੰਦਾ। ਇਹਦੇ ਜੇ ਤੁਸੀਂ ਖੰਡੇ ਪਾਟੇ ਦੇ ਅੰਮ੍ਰਿਤ ਜਦੋਂ ਤਿਆਰ ਕੀਤਾ ਜਾਂਦਾ, ਜੇ ਇਕੱਲੇ ਪਤਾਸੇ ਪਾਓ ਦੇ ਵਿੱਚ ਖੰਡਾ ਨਾ ਫੇਰੋ ਤੇ ਪਾਣੀ ਨਾ ਪੜੋ ਨਾਲ, ਤੇ ਅੰਮ੍ਰਿਤ ਦੀ ਦਾਤ ਪੂਰੀ ਨਹੀਂ ਹੁੰਦੀ। ਇਵੇਂ ਹੀ ਸਿੱਖ ਦੀ ਆਤਮਾ ਦੇ ਨਾਲ ਨਾਲ ਸਰੀਰ ਦੇ ਉੱਤੇ ਉਹਦੇ ਪੰਜ ਕਕਾਰ ਨਹੀਂ ਆਉਂਦੇ ਤੇ ਸਿੱਖੀ ਪੂਰੀ ਨਹੀਂ ਹੁੰਦੀ। ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਸਾਰੀਆਂ ਚੀਜ਼ਾਂ ਤੁਹਾਨੂੰ ਗੁਰ ਇਤਿਹਾਸ ਦੇ ਵਿੱਚੋਂ ਮਿਲਦੀਆਂ ਜਾਂਦੀਆਂ ਨੇ। ਅਸੀਂ ਅੱਜ ਕੱਲ੍ਹ ਸਿੱਖੀ ਜਿਹੜੀ ਆ ਉਹ ਆਪਣੇ ਹਿਸਾਬ ਨਾਲ ਕੱਢਦੀ, ਵੀ ਮੇਰਾ ਮਨ ਕੀ ਕਹਿੰਦਾ, ਮੈਂ ਆਪਣੇ ਮਨ ਦੇ ਹਿਸਾਬ ਨਾਲ ਸਿੱਖੀ ਦੀ ਪਰਿਭਾਸ਼ਾ ਕਰਦਾ। ਸੋ ਮੈਨੂੰ ਲੱਗਦਾ ਕਿ ਸਾਨੂੰ ਸਿੱਖੀ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਰੱਖਣੀ ਚਾਹੀਦੀ, ਸਿੱਖੀ ਦੀ ਪਰਿਭਾਸ਼ਾ ਸਾਨੂੰ ਆਪਣੇ ਇਤਿਹਾਸ ਦੇ ਨਾਲ ਰੱਖਣੀ ਚਾਹੀਦੀ ਆ, ਜਿਹੜੇ ਸਾਡੇ ਕੋਲ ਇਤਿਹਾਸ ਖਰੜੇ ਪਏ ਨੇ ਸਾਨੂੰ ਆਪਣੇ ਮਰਿਆਦਾ ਉਹਦੇ ਹਿਸਾਬ ਨਾਲ ਰੱਖਣੀ ਚਾਹੀਦੀ ਹੈ, ਨਾ ਕਿ ਆਪਣੇ ਮਨ ਦੇ ਹਿਸਾਬ ਨਾਲ, ਕਿਉਂਕਿ ਸਿੱਖੀ ਦਾ ਸਾਰਾ ਇਹਦੇ ਵਿੱਚ ਗੁਰਮੁਖ ਦੇ ਮਹਾਂਮੁਖ ਦੋ ਸ਼ਬਦ ਆਏ ਨੇ। ਜੇ ਅਸੀਂ ਸਿੱਖੀ ਆਪਣੇ ਮਨ ਦੇ ਹਿਸਾਬ ਨਾਲ ਚਲਾਉਣੀ ਹੈ ਕਿ ਮੇਰਾ ਮਨ ਕੀ ਕਹਿੰਦਾ, ਤੇ ਫਿਰ ਅਸੀਂ ਮਨ ਮੁਕਾਲੀ ਕਰ ਰਹੇ ਹਾਂ। ਜੇ ਗੁਰੂ ਦੇ ਹਿਸਾਬ ਨਾਲ ਚਲਾਉਣੀ ਹੈ ਕਿ ਗੁਰੂ ਕੀ ਕਹਿੰਦਾ, ਤੇ ਫਿਰ ਗੁਰਮੁਖ ਆ। ਸੋ ਅਸੀਂ ਆਪਣੇ ਮਨ ਨੂੰ ਜਿੱਤ ਕੇ ਜਿਹੜੀ ਚੀਜ਼ ਨੂੰ ਸਾਡਾ ਮਨ ਨਾ ਵੀ ਮੰਨੇ ਪਰ ਗੁਰੂ ਕਹਿ ਰਿਹਾ ਆ ਤੇ ਉਹਨੂੰ ਮੰਨਣਾ, ਉਹ ਸਿੱਖੀ ਆ। ਮੈਨੂੰ ਲੱਗਦਾ ਸਭ ਨੂੰ ਰਲ ਮਿਲ ਕੇ ਕਮਾਉਣੀ ਚਾਹੀਦੀ ਆ। ਔਰ ਸਿੱਖ ਇਤਿਹਾਸ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਪਹਿਲੂ ਹੁੰਦੇ ਆ ਜਿੱਥੇ ਤੁਹਾਨੂੰ ਜਿੱਥੇ ਆਪਣਾ ਅਧਿਆਤਮਕ ਪੱਖ ਸਾਂਭਣ ਦੀ ਗੱਲ ਕੀਤੀ ਜਾਂਦੀ ਆ, ਉੱਥੇ ਹੀ ਮੈਦਾਨੇ ਜੰਗ ਦੇ ਵਿੱਚ ਸਮਾਜ ਦੇ ਲਈ, ਪੰਥ ਦੇ ਲਈ ਜੂਝਣ ਦੀ ਗੱਲ ਵੀ ਨਾਲ ਆਉਂਦੀ ਆ। ਇਕੱਲੀ ਇੱਕ ਨਹੀਂ ਗੀ,
ਅੱਜ ਕੱਲ ਸਾਡੀ ਸਮੱਸਿਆ ਇਹ ਬਣ ਗਈ ਆ ਪੰਜਾਬ ਦੀ ਜਾਂ ਪੰਥ ਦੀ ਕਿ ਅਸੀਂ ਕੋਈ ਇੱਕ ਪੱਖ ਫੜ ਲੈਂਦੇ ਉਹਦੇ ਤੇ ਬਹੁਤ ਅੱਗੇ ਨਿਕਲ ਜਾਂਦੇ ਔਰ ਦੂਸਰੇ ਨੂੰ ਅਸੀਂ ਟੱਚ ਨਹੀਂ ਕਰਦੇ। ਇਵੇਂ ਨਹੀਂ ਹੈ, ਗੁਰੂ ਨੇ ਦੋਵਾਂ ਚੀਜ਼ਾਂ ਦਾ ਸੁਮੇਲ ਰੱਖਿਆ, ਹਰ ਚੀਜ਼ ਦਾ ਸੁਮੇਲ ਹੈ। ਜਿਵੇਂ ਮੈਂ ਪਹਿਲਾਂ ਕਿਹਾ ਵੀ ਇੱਥੇ ਜੇ ਦੁਨਿਆਵੀ ਪੱਧਰ ਤੇ ਤੁਸੀਂ ਵੇਖੋਗੇ ਤੁਹਾਨੂੰ ਲੱਗੇਗਾ ਵੀ ਇਹਨਾਂ ਦਾ ਸੁਮੇਲ ਨਹੀਂ ਹੋ ਸਕਦਾ, ਵੀ ਇੱਥੇ ਬੱਕਰੀ ਦੇ ਸ਼ੇਰ ਇਕੱਠੇ ਨਹੀਂ ਰਹਿ ਸਕਦੇ, ਪਰ ਗੁਰੂ ਘਰ ਦੇ ਵਿੱਚ ਹੋਇਆ ਹੈ। ਇੱਥੇ ਮਿਠਾਸ ਤੇ ਬੀਰ ਰਸ ਇਕੱਠੀ ਨਹੀਂ ਚੱਲ ਸਕਦੀ ਦੁਨਿਆਵੀ ਤੌਰ ਤੇ, ਪਰ ਇੱਥੇ ਹੁੰਦੀ ਹੈ। ਇੱਥੇ ਤੁਸੀਂ ਨਾਮ ਬਾਣੀ ਦੇ ਨਾਲ ਜਿੱਥੇ ਅੰਦਰ ਸਹਿਜ ਲਿਆਉਂਦੇ ਹੋ, ਕੀਰਤਨ ਦੇ ਰਾਹੀਂ ਸਹਿਜ ਲਿਆਉਂਦੇ ਹੋ, ਢਾਡੀ 12 ਮਹੀਨੇ ਇੱਥੇ ਅੰਦਰ ਬੀਰ ਰਸ ਵੀ, ਤੇ ਦੋਵੇਂ ਚੀਜ਼ਾਂ ਦੁਨਿਆਵੀ ਤੌਰ ਤੇ ਉਲਟ ਨੇ, ਪਰ ਸਿੱਖੀ ਦੁਨੀਆਂ ਦੀ ਜਿਹੜੀ ਆਮ ਚੱਲੀਆਂ ਵਾਲੀਆਂ ਰਵਾਇਤਾਂ ਨੇ ਉਹਦੇ ਵਿੱਚ ਨਹੀਂ ਬਚਦੀ। ਸੋ ਸਾਨੂੰ ਆਪਣੇ ਸਿੱਖੀ ਦੇ ਸਿਧਾਂਤ ਸਾਹਮਣੇ ਪੈਣਗੇ, ਔਰ ਉਹਨਾਂ ਦੇ ਵਿੱਚੋਂ ਹੀ ਇੱਕ ਸਿਧਾਂਤ ਇਹ ਆ ਕਿ ਜੇ ਸਿੱਖੀ ਦੇ ਘਰ ਦੇ ਵਿੱਚ ਬਾਬੇ ਨਾਨਕ ਦੇ ਘਰ ਦੇ ਵਿੱਚੋਂ ਗੁਰਬਾਣੀ ਦੀ ਆਵਾਜ਼ ਚਾਹੁੰਦੇ ਹੋ ਕਿ ਆਉਂਦੀ ਰਹੇ ਤੇ ਸਾਡੇ ਮਨਾਂ ਤੱਕ ਪਹੁੰਚਦੀ ਰਹੇ, ਤੇ ਇਹ ਜ਼ਰੂਰੀ ਆ ਕਿ ਤੁਹਾਨੂੰ ਮੈਦਾਨੇ ਜੰਗ ਦੇ ਵਿੱਚ ਤਰਲਾ ਆਉਣਾ ਪਏਗਾ, ਇਹ ਜ਼ਰੂਰੀ ਹੈ। ਇਹਦੀ ਮੈਂ ਇਤਿਹਾਸਕ ਘਟਨਾ ਸੁਣਾਉਣੀ ਆ, ਉਹਦੇ ਵਿੱਚ ਇਹ ਗੱਲ ਤੁਹਾਨੂੰ ਜਿਹੜੀ ਸੌਖੀ ਸਮਝ ਆਵੇਗੀ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਨੇ, ਉਹ ਆਪਣੀ ਮਰਜ਼ੀ ਨਾਲ ਛੱਡਦੇ ਨੇ, ਕਈ ਕਹਿ ਦਿੱਤਾ ਜਾਂਦਾ ਉਹਨਾਂ ਨੂੰ ਫੋਰਸ ਕੀਤਾ ਗਿਆ, ਉਹ ਭੁੱਖੇ ਮਰ ਚੱਲੇ ਸੀ, ਉਹਨਾਂ ਦੇ ਹਾਲਾਤ ਮਾੜੇ ਹੋ ਗਏ ਜੀ, ਛੱਡਣੇ ਪਏ। ਮੈਂ ਇਹਨਾਂ ਚੀਜ਼ਾਂ ਦੇ ਯਕੀਨ ਨਹੀਂ ਰੱਖਦਾ, ਹੋ ਸਕਦਾ ਮੈਂ ਗਲਤ ਹੀ ਆਵਾਂ, ਪਰ ਮੈਂ ਮੰਨਦਾ ਕਿ ਗੁਰੂ ਨੇ ਜੇ ਕੋਈ ਵੀ ਕਦਮ ਚੁੱਕਿਆ ਹੈ, ਭਾਵੇਂ ਉਹਨਾਂ ਨੇ ਧੌਣ ਇੱਧਰੋਂ ਐਣ ਕੀਤੀ ਹੈ, ਉਹ ਵੀ ਸਿੱਖ ਨੂੰ ਸਮਝਾਉਣ ਦੀ ਕੀਤੀ, ਤੇ ਉਹਨਾਂ ਦੇ ਜੀਵਨ ਦਾ ਇੱਕ ਇੱਕ ਕਦਮ ਸਿੱਖ ਨੂੰ ਸਮਝਾਉਣ ਵਾਸਤੇ ਤੇ ਸਿੱਖਾਂ ਤੇਰੀ ਜ਼ਿੰਦਗੀ ਕਿਹੋ ਜਿਹੀ ਹੋਵੇ, ਤੇ ਉਹਨਾਂ ਦਾ ਇੱਕ ਇੱਕ ਸ਼ਬਦ ਸਾਡੇ ਲਈ ਸੇਧ ਹੈ, ਤੇ ਜੇ ਉਹ ਉਹਨਾਂ ਨੇ ਜੰਗ ਯੁੱਧ ਵੀ ਲੜੇ ਨੇ ਤੇ ਸਾਨੂੰ ਸੇਧ ਦੇਣ ਵਾਸਤੇ ਨੇ। ਜੇ ਉਹ ਚਾਹੁੰਦੇ ਤੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਚੋਂ ਬੈਠਿਆ ਵੀ ਜੰਗ ਜਿੱਤ ਸਕਦੇ, ਪਰ ਉਹਨਾਂ ਨੇ ਸਾਰਾ ਸਫ਼ਰ ਜਿਹੜਾ ਤੈਅ ਕੀਤਾ ਹੈ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡ ਕੇ ਬਾਅਦ ਵਾਲਾ, ਉਹ ਸਿੱਖ ਨੂੰ ਸਮਝਾਉਣ ਵਾਸਤੇ ਆ ਕਿ ਤੇਰੇ ਵਾਸਤੇ ਜੀਵਨ ਕਿਹੋ ਜਿਹਾ ਆਏਗਾ ਸਿੱਖੀ ਨੂੰ ਸਾਂਭਣ ਵਾਸਤੇ। ਉਹਦੇ 'ਚ ਇੱਕ ਚੀਜ਼ ਜਿਹੜੀ ਆਉਂਦੀ ਹੈ ਕਿ ਜਦੋਂ ਉਹ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਨੇ, ਪਹਿਲੀ ਗੱਲ ਤਾਂ ਉੱਥੇ ਇਹ ਸਮਝਣ ਵਾਲੀ ਹੈ ਸਾਡੇ ਵਾਸਤੇ ਵੀ ਉਹਨਾਂ ਇਹ ਕਿਤੇ ਨਹੀਂ ਕਿਹਾ ਕਿ ਇਹ ਸਾਡੀਆਂ ਗਲਤੀਆਂ ਦੇ ਕਾਰਨ ਸਾਨੂੰ ਛੱਡਣਾ ਪੈ ਰਿਹਾ। ਸਾਡੀ ਪਹਿਲੀ ਗਲਤੀ ਇਹ, ਅਸੀਂ ਜਦੋਂ ਸਿੱਖੀ ਦਾ ਘਰ ਛੱਡਦੇ ਹਾਂ ਨਾ, ਜਾਂ ਸਾਡੇ ਵਿੱਚ ਕੋਈ ਗਿਰਾਵਟ ਆਉਂਦੀ ਆ, ਸਾਰੀ ਗਲਤੀ ਅਸੀਂ ਆਪਣੇ ਆਪ 'ਤੇ ਕੱਢਦੇ ਵੀ ਸਾਡੇ ਆਪਣਿਆਂ ਨੇ ਆਹ ਕੀਤਾ, ਸਾਡੇ ਆਪਣਿਆਂ ਦੀਆਂ ਗਲਤੀਆਂ ਦੇ ਕਾਰਨ ਸਾਡਾ ਆਹ ਹਾਲ ਹੋਇਆ। ਨਹੀਂ, ਗੁਰੂ ਮਹਾਰਾਜ ਆਪਣੇ ਸਿੱਖਾਂ ਨੂੰ ਸਮਝਾ ਰਿਹਾ ਕਿ ਤੁਹਾਡਾ ਦੁਸ਼ਮਣ ਜਿਹੜਾ ਤੁਹਾਡੇ ਦਰਵਾਜ਼ੇ 'ਤੇ ਖਲੋਤਾ ਆ, ਉਹਦਾ ਹੈ ਸਾਰਾ ਕਸੂਰ, ਉਹ ਤੁਹਾਨੂੰ ਨਹੀਂ ਛੱਡੇਗਾ। ਸਾਡੀ ਪਹਿਲੀ ਸਮੱਸਿਆ ਇੱਥੇ ਕੱਢ ਗਈ, ਅੱਜ ਦੁਸ਼ਮਣ ਸਾਡੇ ਮੋਢਿਆਂ 'ਤੇ ਚੜਿਆ ਖਲੋਤਾ, ਤੇ ਅਸੀਂ ਗਲਤੀਆਂ ਆਪਣੇ ਲੋਕਾਂ ਦੀਆਂ ਕੱਢਦੇ ਹਾਂ ਵੀ ਇਹਦੇ ਕਾਰਨ ਆਹ ਹੋ ਗਿਆ, ਇਹਦੇ ਕਾਰਨ ਆਹ ਹੋ ਗਿਆ। ਸੋ ਪਹਿਲੀ ਚੀਜ਼ ਉਹਦੇ 'ਚੋਂ ਬਾਹਰ ਨਿਕਲੀ। ਦੂਸਰੀ ਚੀਜ਼, ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਨੇ, ਤੁਰਦੇ ਨੇ ਅੱਗੇ, ਤੇ ਇੱਕ ਗੱਲ ਤੁਹਾਨੂੰ ਸਮਝਾ ਗਏ ਨੇ ਸਿੱਖਾਂ ਨੂੰ ਕਿ ਤੁਸੀਂ ਆਪਣਾ ਘਰ ਛੱਡ ਕੇ ਇਹ ਕਦੀ ਨਾ ਸੋਚ ਲਓ ਕਿ ਦੁਸ਼ਮਣ ਤੁਹਾਡਾ ਪਿੱਛਾ ਛੱਡ ਦੇਗਾ। ਬੇਸ਼ੱਕ ਤੁਹਾਨੂੰ ਲੱਖ ਹੀ ਕਵੇ ਤੁਸੀਂ ਕੈਨੇਡਾ ਜਾ ਕੇ ਵੱਸ ਜਾਓ ਬੜੇ ਸੌਖੇ ਹੋ, ਅਮਰੀਕਾ ਜਾ ਕੇ ਵੱਸ ਜਾਓ ਬੜੇ ਸੌਖੇ ਹੋ, ਪਰ ਜੇ ਸਿੱਖੀ ਦਾ ਕਿਲ੍ਹਾ ਪੰਜਾਬ ਛੱਡਤਾ ਤੇ ਦੁਸ਼ਮਣ ਤੁਹਾਡੇ ਮਗਰ ਇੱਥੇ ਵੀ ਆਏ, ਇਹ ਗੱਲ ਯਾਦ ਰੱਖਿਓ ਹਮੇਸ਼ਾ। ਅਗਲੀ ਗੱਲ ਜਿਹੜੀ ਉਹਨਾਂ ਨੇ ਉਸ ਦੌਰ ਦੇ ਵਿੱਚ ਸਿਖਾਈ ਹੈ ਸਿੱਖ ਨੂੰ, ਅੱਜ ਦਿਨ ਜਿਹੜੀ ਸਿੱਖਣ ਵਾਲੀ ਹੈ, ਜਦੋਂ ਉਹ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਤੇ ਸਰਸਾ ਨਦੀ ਦੇ ਕੰਢੇ ਤੇ ਜਾਂਦੇ ਨੇ, ਤੇ ਉੱਥੇ ਅੰਮ੍ਰਿਤ ਵੇਲਾ ਹੋ ਜਾਂਦਾ ਤੇ ਅੰਮ੍ਰਿਤ ਵੇਲੇ ਦਾ ਦੀਵਾਨ ਲੱਗਦਾ ਹੈ, ਤੇ ਸਾਡੇ ਪ੍ਰਚਾਰਕਾਂ ਵੱਲੋਂ ਇਹ ਗੱਲ ਪ੍ਰਚਾਰੀ ਗਈ ਵੀ ਸਿੱਖ ਨੂੰ ਇਹ ਗੱਲ ਗੁਰੂ ਮਹਾਰਾਜ ਨੇ ਦੱਸੀ ਵੀ ਭਾਵੇਂ ਤੇਰਾ ਕੁਝ ਵੀ ਹੋ ਜਾਏ ਤੇਰਾ ਨਿਤਨੇਮ ਨਹੀਂ ਛੁੱਟਣਾ ਚਾਹੀਦਾ, ਅਸਲ ਵਾਰ ਨਹੀਂ ਛੁੱਟਣੀ ਚਾਹੀਦੀ, ਇਹ ਬਿਲਕੁਲ ਠੀਕ ਹੈ। ਪਰ ਇਹਦੇ ਨਾਲ ਇੱਕ ਦੂਸਰੀ ਚੀਜ਼ ਵੀ ਆ, ਉੱਥੇ ਉਸੇ ਟਾਈਮ ਤੇ ਵਾਪਰ ਰਹੀ ਜਿਹੜੀ ਸਾਡੇ ਵਿੱਚ ਅੱਜ ਮਨਫੀ ਰਹੀ ਹੈ, ਉਹ ਕਿਹੜੀ ਹੈ? ਜਦੋਂ ਉਹ ਆਸਾ ਦੀ ਵਾਰ ਦਾ ਦੀਵਾਨ ਸੱਜਿਆ ਸਰਸਾ ਨਦੀ ਦੇ ਕੰਢੇ ਦੇ ਉੱਤੇ,
ਤੇ ਸਾਰੇ ਦੇ ਸਾਰੇ ਸਿੱਖ ਉਸ ਦੀਵਾਨ ਦੇ ਵਿੱਚ ਹਾਜ਼ਰ ਨੇ ਜਿਹੜੇ ਉਸ ਨਾਲ ਗੁਰੂ ਮਹਾਰਾਜ ਦੇ ਨਾਲ, ਉਹ ਸਾਰੇ ਉਸ ਦੀਵਾਨ ਚ ਨਹੀਂ ਹੈਗੇ। ਇੱਥੋਂ ਤੱਕ ਕਿ ਗੁਰੂ ਮਹਾਰਾਜ ਦੇ ਆਪਣੇ ਸਾਹਿਬਜ਼ਾਦ ਬਾਬਾ ਅਜੀਤ ਸਿੰਘ ਉਸ ਦੀਵਾਨ ਚ ਨਹੀਂ ਹੈਗੇ, ਉਹ ਕਿੱਥੇ ਨੇ? ਬਾਬਾ ਜੀਵਨ ਸਿੰਘ ਨਹੀਂ ਹੈਗੇ, ਉਹ ਕਿੱਥੇ ਨੇ? ਉਹ ਉਸੇ ਟਾਈਮ ਦੇ ਉੱਤੇ ਜਦੋਂ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਆ ਤੇ ਉਹ ਪਿੱਛੋਂ ਚੜੀਆਂ ਆ ਰਹੀਆਂ ਫੌਜਾਂ ਦੇ ਨਾਲ ਜੰਗ ਦੇ ਮੈਦਾਨ ਚ। ਇਹ ਆ ਸਿਰ ਨੂੰ ਗੱਲ ਵੀ ਜੇ ਤੂੰ ਇਹ ਸੋਚ ਲਿਆ ਵੀ ਤੇਰੇ ਹੱਥ ਦੇ ਵਿੱਚ ਪਈ ਇਕੱਲੀ ਮਾਲਾ ਜਾਂ ਇਕੱਲਾ ਗੁੱਟਾ ਸਾਹਿਬ ਤੇ ਤੂੰ ਦੁਸ਼ਮਣ ਨੂੰ ਪਰੇ ਰੱਖ ਲਏਗਾ, ਇਹ ਨੀ ਹੁਣ ਗੁਰੂ ਰੱਖ ਸਕਦਾ ਹੈ ਸੰਵਾਦ ਦੀ। ਪਰ ਉਹਨਾਂ ਸਿੱਖ ਨੂੰ ਸਮਝਾਉਣਾ ਨੀ ਵੀ ਤੇਰੇ ਗੁਰਦੁਆਰੇ ਦੇ ਵਿੱਚੋਂ ਗੁਰਬਾਣੀ ਦਾ ਪ੍ਰਸਾਰਣ, ਤੇਰੇ ਹੱਥ ਦੇ ਵਿੱਚ ਗੁਟਕਾ ਸੁਰੱਖਿਅਤ ਤਾਂ ਆ ਜੇ ਤੇਰੇ ਨੌਜਵਾਨ ਮੈਦਾਨੇ ਜੰਗ ਚ। ਇਹ ਗੱਲ ਜਿਹੜੀ ਸਾਨੂੰ ਸਮਝਣ ਵਾਲੀ, ਅੱਜ ਅਸੀਂ ਇਹਨੂੰ ਬੜਾ ਸੀਮਤ ਕਰਤਾ, ਅਸੀਂ ਉਹ ਲੜਾਈ ਛੱਡ ਹੀ ਦਿੱਤੀ ਵੀ ਨਹੀਂ ਜੀ ਛੱਡ ਦਿਓ, ਲੜਨ ਦਾ ਕੋਈ ਫਾਇਦਾ ਨਹੀਂ, ਸਿਰਫ ਇੱਥੇ ਆਓ ਵਾਹਿਗੁਰੂ ਵਾਹਿਗੁਰੂ ਕਰੋ, ਮਤਲਬ ਇੱਥੇ ਤੋਂ ਲੜਨ ਨੂੰ ਇਸ ਗੁਰਦੁਆਰੇ ਦਾ ਜੇ ਇਸ ਪਾਸੇ ਨਾਲ ਲੈ ਲਿਆ ਜੇ। ਵੀ ਸਿੱਖੀ ਦੀ ਉਗਰਾਂ ਜਦ ਗੱਲ ਕਰਦੇ ਹਾਂ ਤੇ ਸਿੱਖਾਂ ਨੂੰ ਇਹ ਗੱਲ ਕਿਹੜੀ ਸਮਝਾਈ ਜਾਂਦੀ ਆ ਵੀ ਗੁਰਦੁਆਰੇ ਆਓ, ਲੰਗਰ ਪਾਣੀ ਦੀ ਸੇਵਾ ਕਰੋ, ਤਾਰ ਝਾੜੋ, ਗੁਰੂ ਮਹਾਰਾਜ ਦਾ ਚੌਪ ਕਰੋ, ਇਹ ਸਾਰਾ ਕੁਝ ਜ਼ਰੂਰੀ ਹੈ। ਮੈਂ ਇਹਨੂੰ ਮਾੜਾ ਨਹੀਂ ਕਹਿ ਰਿਹਾ ਕਿ ਕਰਨਾ ਹੈ ਸਿੱਖ ਦੇ ਨਾਲ ਨਾਲ, ਵੀ ਮੈਦਾਨੇ ਜੰਗ ਦੇ ਵਿੱਚ ਜਦੋਂ ਅਸਲ ਦੀਵਾਰ ਦਾ ਕੀਰਤਨ ਚੱਲ ਰਿਹਾ, ਮੈਂ ਇਹ ਨਹੀਂ ਕਹਿਣਾ ਵੀ ਅਸਲ ਦੀਵਾਰ ਦਾ ਕੀਰਤਨ ਕਰ ਲਈ ਹੋ ਰਿਹਾ, ਉਹ ਜ਼ਰੂਰੀ ਆ। ਨਾਲ ਮੈਂ ਸਭ ਜਿਹੜੀ ਹਿੰਦੀ ਗੱਲ ਕਹਿਣਾ ਵੀ ਸਿੱਖ ਦੀ ਸੇਵਾ ਇੱਥੇ ਤੱਕ ਸੀਮਤ ਨਹੀਂ, ਉਹ ਉਹਦੇ ਨਾਲ ਨਾਲ ਸਿੱਖ ਨੂੰ ਦੂਸਰਾ ਪਹਿਲੂ ਵੀ ਸਾਂਭਣਾ ਪਏਗਾ। ਇਸੇ ਸੁਮੇਲ ਦੀ ਗੱਲ ਮੈਂ ਆਪਣੀ ਗੱਲ ਦੇ ਸ਼ੁਰੂ ਚ ਕੀਤੀ ਸੀ ਵੀ ਦੁਨਿਆਵੀ ਤੌਰ ਤੇ ਤੁਹਾਨੂੰ ਇਹ ਸੁਮੇਲ ਇੰਝ ਲੱਗੇਗਾ ਵੀ ਹੋ ਨਹੀਂ ਸਕਦਾ, ਪਰ ਸਿੱਖੀ ਦੇ ਵਿੱਚ ਹਰ ਉਹ ਚੀਜ਼ ਹੋਈ ਹੈ ਜਿਹੜੀ ਦੁਨੀਆਂ ਨੂੰ ਲੱਗਦੀ ਹੈ ਕਿ ਹੋ ਨਹੀਂ ਸਕਦੀ। ਸੋ ਸਾਨੂੰ ਇਹ ਸੁਮੇਲ ਆਪਣਾ ਸਾਂਭਣਾ ਪੈਣਾ ਵੀ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹੱਥਾਂ ਦੇ ਵਿੱਚ ਨਿਤਨੇਮ ਦੇ ਗੁਟਕੇ ਰਹਿਣ ਤੇ ਮੈਦਾਨੇ ਜੰਗ ਦੇ ਵਿੱਚ ਤੁਹਾਡੇ ਹੱਥ ਦੇ ਵਿੱਚ ਸ਼ਮਸ਼ੀਰ ਰਹਿਣੀ ਜ਼ਰੂਰੀ ਹੈ। ਉਹਨਾਂ ਨਾ ਛੱਡਿਆ, ਜੇ ਉਹ ਛੁੱਟ ਗਈ ਤੇ ਤੁਸੀਂ ਮੰਨੋ ਤੇ ਭਾਵੇਂ ਨਾ ਮੰਨੋ, ਦੁਸ਼ਮਣ ਤੁਹਾਡੇ ਗੁਰਦੁਆਰੇ ਦੇ ਸਟੇਜਾਂ ਤੋਂ ਤੁਹਾਡਾ ਨਿਤਨੇਮ ਬੰਦ ਕਰੇਗਾ ਕਰੇਗਾ ਕਿਤੇ ਨਾ। ਜੇ ਉਸ ਟਾਈਮ ਬਾਬਾ ਅਜੀਤ ਸਿੰਘ, ਬਾਬਾ ਜੀਵਨ ਸਿੰਘ ਤੇ ਉਹਨਾਂ ਦੇ ਸਾਥੀ ਮੁਗਲੀਆ ਹਕੂਮਤ ਦੇ ਪਹਾੜੀ ਰਾਜਿਆਂ ਦੀ ਫੌਜ ਨੂੰ ਮਗਰ ਮੈਦਾਨੇ ਜਾਣ ਦੇ ਨਾ ਡੱਕਦੇ ਤੇ ਗੁਰੂ ਮਹਾਰਾਜ ਸਾਨੂੰ ਦੱਸਣਾ ਚਾਹੁੰਦੇ ਵੀ ਜੇ ਉਹ ਨਾ ਡੱਕਦੇ ਨਾ ਉੱਥੇ ਜੂਝਦੇ ਤੇ ਆਸਾ ਦੀ ਵਾਰ ਦਾ ਕੀਰਤਨ ਨਹੀਂ ਹੈਗਾ ਜਾਂ ਹੁੰਦਾ। ਸੋ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਸਿੱਖ ਇਤਿਹਾਸ ਦੇ ਵਿੱਚ ਸਿੱਖ ਲੈਣੀਆਂ ਚਾਹੀਦੀਆਂ ਹਨ ਤੇ ਇਕੱਲਾ ਉਹਨਾਂ ਨੂੰ ਕਾਂਗਰਸ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ। ਅਸੀਂ ਆਪਣਾ ਗੁਰ ਇਤਿਹਾਸ ਵੀ ਕੰਨ ਦੇ ਰਸ ਤੱਕ ਸੀਮਤ ਕਰ ਲਿਆ ਵੀ ਮੈਨੂੰ ਰਸ ਆ ਰਿਹਾ ਸੁਣਨ ਦਾ, ਮੈਂ ਉਹਨੂੰ ਮੰਨਣਾ ਨਹੀਂ ਮੰਨਣਾ ਇਹ ਫਿਰ ਮੈਂ ਆਪਣੇ ਤੇ ਤੈਅ ਕਰ ਲਿਆ, ਮੈਂ ਸਿਰਫ ਸਵਾਦ ਲੈਣਾ। ਆਹਾ ਵੀ ਸਾਹਿਬਜ਼ਾਦੇ ਦੀ ਸ਼ਹਾਦਤ ਹੋ ਰਹੀ, ਸਿੱਧ ਜੂਝ ਰਹੇ ਨੇ ਮੈਦਾਨੇ ਜੰਗ ਦੇ ਵਿੱਚ, ਚਮਕੌਰ ਦੀ ਮੜੀ ਦਾ ਸੀਨ ਅੱਖਾਂ ਸਾਹਮਣੇ ਲਿਆ ਦਾ ਲੈਂਦਾ, ਪਰ ਉਹ ਮੇਰੇ ਕੰਨ ਰਸ ਤੱਕ ਨਾ ਹੋਵੇ। ਸਿੱਖਣਾ ਕੀ ਹੈ? ਸਿੱਖਣਾ ਵੀ ਕੀ ਇਹ ਸੋਚ ਕੇ ਵੇਖਣਾ ਆ, ਅਸੀਂ ਹਮੇਸ਼ਾ ਇਹ ਘਟਾਉਣਾ ਆ ਵੀ ਜੇ ਉਸ ਇਤਿਹਾਸ ਦੇ ਵਿੱਚ ਮੈਂ ਸਰੀਰਕ ਨੂੰ ਵੀ ਝੁੱਲਾ ਤੇ ਕੀ ਕਰ ਲਾ, ਤੇ ਜੇ ਉਹ ਵੀ ਇਤਿਹਾਸ ਅੱਜ ਦੁਹਰਾਇਆ ਜਾ ਰਿਹਾ ਹੋਵੇ ਤੇ ਮੇਰਾ ਰੋਲ ਕੀ? ਤੇ ਮੈਨੂੰ ਸੋਰੀ ਟੂ ਸੇ, ਸਾਡੀ ਅੱਜ ਮੈਜੋਰਿਟੀ ਕਮਿਊਨਿਟੀ ਜਿਹੜੀ ਆ ਉਹ ਉਸ ਕੈਟਾਗਰੀ ਚ ਆ, ਜੇ ਅਸੀਂ ਅੱਜ ਜਿਹੜੇ ਅੱਜ ਦੇ ਸਿੱਖ ਆ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਦੇ ਉੱਤੇ ਸਰੀਰਕ ਰੂਪ ਚ ਹੁੰਦੇ ਤੇ ਅਸੀਂ ਛੱਡ ਜਾਣੇ ਸੀ ਮੈਦਾਨ। ਸਾਨੂੰ ਮੈਦਾਨ ਨਹੀਂ ਛੱਡਣਾ ਚਾਹੀਦਾ, ਇਸ ਗੱਲ ਨੂੰ ਪੱਕਾ ਬੰਨ ਲਓ। ਜੇ ਗੁਰੂ ਮਹਾਰਾਜ ਨੇ ਸਾਨੂੰ ਦਿੱਤੀ ਆ ਸ਼ਸਤਰ ਵਿਦਿਆ, ਗੁਰੂ ਮਹਾਰਾਜ ਨੇ ਸਾਨੂੰ ਦੱਸੇ ਆ ਹੋਵੇ ਜਾਂ ਮਨ ਵਿੱਚ ਵੀ ਰਾਜਨੀਤੀ ਪੜ੍ਹ ਤੇ ਰਾਜਨੀਤੀ ਕਰ, ਜੇ ਦਰਬਾਰ ਸਾਹਿਬ ਸਮੂਹ ਦੇ ਵਿੱਚ ਦਰਬਾਰ ਸਾਹਿਬ ਦੇ ਸਾਰੇ ਕੰਪਲੈਕਸ ਦੇ ਵਿੱਚ ਜੇ ਹਰਿਮੰਦਰ ਸਾਹਿਬ ਆ ਤੇ ਗੁਰੂ ਨੇ ਆਪ ਅਕਾਲ ਤਖਤ ਪ੍ਰਗਟ ਕੀਤਾ ਆ ਤੇ ਸਿੱਖਾ ਤੂੰ ਰਾਜਨੀਤੀ ਨੂੰ ਮਾੜਾ ਨਾ ਕਰੋ, ਤੈਨੂੰ ਰਾਜਨੀਤੀ ਕਰਨੀ ਆਉਣੀ ਚਾਹੀਦੀ।
ਤੂੰ ਤੇ ਤਖਤ ਦਾ ਵਾਰਸ ਆ ਤੇ ਅੱਜ ਤਖਤਾਂ ਤੋਂ ਥੱਲੇ ਬਹਿ ਕੇ ਥੱਲੇ ਚਟਾਈ ਵਾਲੀ ਦੀ ਇੱਕ ਜਗ੍ਹਾ ਦੇ ਲੈਣ ਦੀ ਆਪਣੀ ਲੜਾਈ ਨਾ ਲੜੋ। ਸਿੱਖ ਦੀ ਜੰਗ ਯੁੱਧ ਧਰਮ ਨੂੰ ਸੁਰੱਖਿਅਤ ਕਰਨ ਦੀ ਆ ਤੇ ਧਰਮ ਨੂੰ ਸੁਰੱਖਿਅਤ ਕਰਨ ਦੇ ਲਈ ਤੁਹਾਡੇ ਕੋਲ ਰਾਜਨੀਤੀ ਦਾ ਤਖਤ ਵੀ ਜ਼ਰੂਰੀ। ਉਹ ਦਰਬਾਰ ਸਾਹਿਬ ਸਮੂਹ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਸਾਨੂੰ ਦੱਸਦੀਆਂ ਨੇ। ਔਰ ਤੁਸੀਂ ਵੇਖੋ ਜਦੋਂ ਵੀ ਦੁਸ਼ਮਣ ਦਰਬਾਰ ਸਾਹਿਬ ਤੇ ਹਮਲਾਵਰ ਹੋ ਕੇ ਆਇਆ ਤੇ ਅਕਾਲ ਤਖਤ ਸਾਹਿਬ ਤੇ ਬੈਠਾ ਜਥਾ ਹਮੇਸ਼ਾ ਸ਼ਹਾਦਤ ਪ੍ਰਾਪਤ ਕਰਦਾ ਰਹੇ। ਉਹ ਕਾਹਦੇ ਲਈ? ਬਾਬਾ ਗੁਰਬਖਸ਼ ਸਿੰਘ ਦਾ ਉੱਥੇ ਸਥਾਨ ਹੈ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ, ਕੋਈ ਸਾਰਿਆਂ ਨੇ ਵੇਖਿਆ। ਉਹ ਕਿਉਂ ਆ? ਉਹ ਸਾਨੂੰ ਕੀ ਸੇਧ ਦੇ ਰਿਹਾ ਹੈ? ਹੁਣ ਕੋਈ ਸਿੱਖ ਇਤਿਹਾਸ ਦੇ ਵਿੱਚ ਸਾਨੂੰ ਉਹ ਨਹੀਂ ਮਿਲਦਾ ਜਿਹੜਾ ਇਹ ਕਵੇ ਕਿ ਜੇ ਬਾਬਾ ਗੁਰਬਖਸ਼ ਸਿੰਘ ਅਕਾਲ ਤਖਤ ਸਾਹਿਬ ਦੇ ਹਥਿਆਰ ਲੈ ਕੇ ਨਾ ਬੈਠੇ ਹੁੰਦੇ ਤੇ ਦੁਸ਼ਮਣ ਦੇ ਦਰਬਾਰ ਸਾਹਿਬ ਨਹੀਂ ਖੜਾ। ਕੋਈ ਸਿੱਖ ਮਿਲਦਾ? ਕਿਉਂਕਿ ਅਸਲ ਜਿਵੇਂ ਹੋਣਾ ਹੈ, ਸਿੱਖ ਨੇ ਅਕਾਲ ਤਖਤ ਦੇ ਉੱਤੇ ਆਪਣਾ ਸ਼ਸਤਰ ਧਾਰੀ ਹੋ ਕੇ ਬਹਿਣਾ ਬਹਿਣਾ ਹੈ। ਤੇ ਤੁਸੀਂ ਅੱਜ ਵੀ ਅਕਾਲ ਤਖਤ ਸਾਹਿਬ ਜਾਓ ਤੇ ਉੱਥੇ ਗੱਲ ਨੋਟ ਕਰੋ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿਵੇਂ ਥਾਂ ਤੇ ਸ਼ਸਤਰ ਉੱਪਰ ਸੁਮੇਲ ਜੇ ਸਾਡੇ ਗੁਰਦੁਆਰੇ ਤੋਂ ਖਤਮ ਹੋ ਗਿਆ, ਇਹ ਦੁਸ਼ਮਣ ਦੀ ਜਿੱਤ ਹੈ। ਜਿੱਦਣ ਸਾਡੇ ਸਟੇਜਾਂ ਤੋਂ, ਸਾਡੇ ਗੁਰਦੁਆਰਿਆਂ ਦੇ ਵਿੱਚੋਂ, ਸਾਡੇ ਗੁਰੂ ਘਰਾਂ ਦੇ ਵਿੱਚੋਂ ਸਾਡੇ ਤਖਤਾਂ ਦੀ ਗੱਲ ਹੋਣੀ ਬੰਦ ਹੋ ਗਈ, ਇਹ ਦੁਸ਼ਮਣ ਦੀ ਜਿੱਤ ਹੈ। ਔਰ ਯਾਦ ਰੱਖੇ, ਜਿੱਦਣ ਤਖਤ ਉਹਨੇ ਹੌਲੇ ਕਰ ਲਏ, ਉਹ ਆ ਕੇ ਗ੍ਰੰਥ ਤੇ ਹਮਲਾ ਕਰੇਗਾ ਕਰੇਗਾ, ਇਹ ਨਹੀਂ ਸੁਰੱਖਿਅਤ ਰਹਿਣ। ਸੋ ਸੁਰੱਖਿਅਤ ਰੱਖਣ ਦੇ ਲਈ, ਗੁਰਬਾਣੀ ਸੁਰੱਖਿਅਤ ਰੱਖਣ ਦੇ ਲਈ, ਤੁਹਾਡਾ ਆਪਣਾ ਨਿੱਜੀ ਜੀਵਨ ਸਿੱਖੀ ਦੇ ਵਿੱਚ ਪੱਪਾ ਪਾਉਣ ਦੇ ਲਈ ਜ਼ਰੂਰੀ ਹੈ ਤੁਹਾਡੇ ਕੋਲ ਰਾਜਨੀਤਿਕ ਤਾਕਤ ਹੋ। ਤੇ ਰਾਜਨੀਤਿਕ ਤਾਕਤ ਦਾ ਮਤਲਬ ਇਹ ਨਹੀਂਗਾ ਦਿੱਲੀ ਤਖਤ ਦੇ ਅਧੀਨ ਪੰਜਾਬ ਦੇ ਮੁੱਖ ਮੰਤਰੀ ਬਣ ਗਏ। ਲੋ ਜੇ ਦਿੱਲੀ ਤਖਤ ਦੇ ਅਧੀਨ ਪੰਜਾਬ ਦੇ ਮੁੱਖ ਮੰਤਰੀ ਬਣਨਾ ਹੁੰਦਾ ਤੇ ਗੁਰੂ ਗੋਬਿੰਦ ਮਹਾਰਾਜ ਨੂੰ ਦਿੱਲੀ ਤਖਤ ਤੋਂ ਉੱਚਾ ਤਖਤ ਲਾਉਣ ਦੀ ਜ਼ਰੂਰਤ ਵੀ ਉਹਨਾਂ ਨੀਵਾਂ ਹੀ ਲਾਉਣਾ ਸ਼ੁਰੂ ਹੋ ਗਈ। ਉਹ ਉੱਚਾ ਹੈ, ਉਹ ਕਾਹਦੇ ਲਈ ਆ? ਵੀ ਸਿੱਖ ਦਾ ਤਖਤ ਦਿੱਲੀ ਤਖਤ ਦੇ ਅਧੀਨ ਨਹੀਂ ਹੋਣਾ ਤੇ ਸਿੱਖਾਂ ਨੇ ਦਿੱਲੀ ਤਖਤ ਦੀ ਸਲੈਬ ਚੁੱਕ ਕੇ ਲਿਆ ਕੇ ਦਰਬਾਰ ਸਾਹਿਬ ਦੇ ਪ੍ਰਕਰਮਾਂ 'ਚ ਰੱਖੀ ਹੈ ਨਾ, ਉਹ ਕਾਹਦਾ ਪ੍ਰਤੀਕ ਹੈ? ਇਹ ਸਾਰਾ ਮਜ਼ਾਕ ਥੋੜੀ ਚੱਲ ਰਿਹਾ ਕਿ ਸਿੰਘਾਂ ਦਾ ਜੀ ਕੀਤਾ ਦੇ ਘੋੜਿਆਂ ਦੇ ਮਗਰ ਪਾ ਕੇ ਲਾਏ, ਇਹ ਗੁਰੂ ਦੀ ਕਲਾ ਹੈ। ਦਿੱਲੀ ਨੂੰ ਇਹ ਦੱਸਣ ਦੇ ਲਈ ਵੀ ਤੇਰਾ ਤਖਤ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ ਤੇ ਅੱਜ ਦੇ ਸਿੱਖ ਦੇ ਹਾਲਾਤ ਕੀ ਬਣ ਗਏ ਨੇ ਵੀ ਦਿੱਲੀ ਤਖਤ ਦੇ ਦੂਰ ਦੀ ਗੱਲ ਹੈ, ਉਸ ਤਖਤ ਦੇ ਅਧੀਨ ਹੁੰਦੀ ਹੈ ਕਿ ਸੂਬੇਦਾਰੀ ਨੂੰ ਅਸੀਂ ਆਪਣੀ ਜਿੱਤ ਸਮਝਦੇ ਹਾਂ ਤੇ ਸਾਡਾ ਜ਼ੋਰ ਲੱਗਦਾ ਹੈ ਕਿ ਅਸੀਂ ਸੂਬੇਦਾਰੀ ਲੜੀ। ਇਹ ਸਥਿਤੀ ਸਾਹਮਣੇ ਨਾਲ ਚੀਜ਼ਾਂ ਤੋਂ ਬਾਹਰ ਨਿਕਲਣਾ ਪੈਣਾ। ਸਾਡਾ ਤਖਤ ਦਿੱਲੀ ਤਖਤ ਨਾਲੋਂ ਉੱਚਾ ਹੈ, ਉੱਚਾ ਕਿਵੇਂ ਰਹੇਗਾ? ਅੱਜ ਦੇ ਦੌਰ ਦੇ ਵਿੱਚ ਉੱਚਾ ਕਿਵੇਂ ਹੈ? ਤੁਸੀਂ ਜੇ ਅੱਜ ਕਹੋ ਵੀ ਉਹਦੇ ਤਖਤ ਦੇ ਅੱਜ ਵੀ ਉੱਚਾ ਹੈ, ਪਰ ਉਹਦੇ ਵਿੱਚ ਸਾਨੂੰ ਗੱਲ ਜਿਹੜੀ ਅੱਗੇ ਸਮਝਣ ਵਾਲੀ ਆ ਕਿ ਉਸ ਤਖਤ ਦੇ ਫੈਸਲੇ ਦਿੱਲੀ ਤਖਤ ਤੋਂ ਪ੍ਰਭਾਵਿਤ ਹੈ ਕਿ ਨਹੀਂ। ਜੇ ਅੱਜ ਤੁਹਾਡੇ ਤਖਤਾਂ ਦੇ ਫੈਸਲੇ ਦਿੱਲੀ ਦਰਬਾਰ ਤੋਂ ਪ੍ਰਭਾਵਿਤ ਨੇ, ਉਹਦੀ ਰਾਜਨੀਤੀ ਤੋਂ ਪ੍ਰਭਾਵਿਤ ਨੇ, ਤੇ ਫਿਰ ਤਖਤ ਸਿਰਫ ਫਿਜ਼ੀਕਲੀ ਉੱਚਾ ਆ, ਉਹ ਮੈਂਟੈਲਿਟੀ, ਉਹ ਸਪਿਰਿਟ, ਉਹ ਨੀਵੀਂ ਹੋ ਗਈ। ਹੁਣ ਉਹਨੂੰ ਉੱਚਾ ਕਿਵੇਂ ਚੁੱਕੀਏ? ਉਹਦੇ ਲਈ ਜ਼ਰੂਰੀ ਹੈ ਸਾਡੇ ਕੋਲ ਆਪਣਾ ਆਪਣਾ ਘਰ, ਆਪਣਾ ਮੁਲਕ, ਆਪਣਾ ਰਾਜ ਪ੍ਰਬੰਧ, ਆਪਣਾ ਆਜ਼ਾਦ ਹੋਣ ਦਾ ਸਥਿਤੀ ਹੋਣੀ, ਤੇ ਜਿਹਨੂੰ ਅਸੀਂ ਅੱਜ ਦੀ ਭਾਸ਼ਾ ਦੇ ਵਿੱਚ ਕਈਆਂ ਨੂੰ ਸੁਣਨ ਨੂੰ ਮਾੜਾ ਲੱਗਦਾ, ਸਾਡੇ ਕੋਲ ਆਪਣਾ ਕੌਮੀ ਘਰ ਖਾਲਸਾ ਹੋਣਾ, ਇਹ ਜ਼ਰੂਰੀ ਹੈ। ਇਹ ਕੋਈ ਸਾਡੀ ਮਜ਼ਬੂਰੀ ਨਹੀਂ, ਸਿਰਫ ਕਈ ਗੱਲ ਸਾਡੀ ਮਜ਼ਬੂਰੀ, ਇਹ ਜ਼ਰੂਰੀ ਹੈ, ਇਹ ਮਸਟ ਹੈ ਸਿੱਖੀ ਵਾਸਤੇ। ਜੇ ਕੋਈ ਕਵੇ ਵੀ ਨਹੀਂ, ਉਦੋਂ ਗੁਰੂ ਮਹਾਰਾਜ ਨੇ ਸਿੱਖਿਆ ਪਾਈ ਕਿਉਂਕਿ ਮਜ਼ਬੂਰੀ,
ਅੱਜ ਸ਼ਸਤਰਾਂ ਦੀ ਨਹੀਂ ਲੋੜ ਤੇ ਅੱਜ ਸਿੱਖ ਕਾਤਲ ਲਾ ਕੇ ਘਰਾਂ ਚ ਰੱਖ ਰਹੇ ਹਨ, ਨਹੀਂ ਇਹ ਮਸਤ ਹੈ। ਔਰ ਮਰਿਆਦਾ ਦੀ ਗੱਲ ਕਹੀ ਗਈ ਹੈ ਕਿ ਸਿੱਖ ਨੇ ਦੋ ਚੀਜ਼ਾਂ ਨਹੀਂ ਤਿਆਗਣੀਆਂ, ਵਿਸ਼ਹਿਰਾ ਤੇ ਕਿਰਪਾਨ, ਭਾਵੇਂ ਕੁਝ ਹੋ ਜਾਵੇ। ਕਿਉਂ ਆ? ਤਾਂ ਕਿ ਸਿੱਖਾ ਯਾਦ ਰੱਖੀ ਤੇਰਾ ਆਚਰਣ ਵੀ ਉੱਚਾ ਹੋਵੇ ਤੇ ਤੇਰੇ ਜਿਹੜੇ ਜੌਹਰ ਨੇ ਸ਼ਸਤਰਾਂ ਦੇ ਉਹ ਵੀ ਉੱਚੇ ਰਹਿਣ, ਤੇਰਾ ਕਿਰਦਾਰ ਵੀ ਉੱਚਾ ਰਹੇ। ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਮਾਂ ਜਿਹੜਾ ਆਪਣੀ ਚੱਲ ਚੱਲਦਾ ਹੈ, ਮੈਂ ਮਾਫ਼ੀ ਚਾਹੁੰਦਾ ਤੁਹਾਡੇ ਤੋਂ, ਪਰ ਮੈਂ ਤੁਹਾਡੇ ਤੋਂ ਸਿਰਫ ਇੰਨੀ ਬੇਨਤੀ ਕਰ ਰਿਹਾ ਕਿ ਜਿੱਥੇ ਅਸੀਂ ਗੁਰੂ ਘਰਾਂ ਦੇ ਪ੍ਰਬੰਧ ਠੀਕ ਕਰਦੇ ਹਾਂ, ਜਿੱਥੇ ਅਸੀਂ ਆਪਣੇ ਗੁਰੂ ਘਰਾਂ ਦੇ ਮਤਲਬ ਜਿੰਨਾ ਸਟਰਕਚਰ ਚੱਲਦਾ ਹੈ ਇਹਦੀ ਇਮਾਰਤ ਠੀਕ ਕਰਨੀ ਹੈ, ਗੁਰੂ ਮਹਾਰਾਜ ਦਾ ਆਦਰ ਸਤਿਕਾਰ ਕਰਨਾ ਹੈ, ਇੱਥੇ ਮਰਿਆਦਾ ਬਹਾਲ ਕਰਨੀ ਹੈ, ਆਪਣੇ ਆ ਰਹੇ ਇੱਥੇ ਬੱਚਿਆਂ ਦੀਆਂ ਬਾਹਾਂ ਫੜਨੀਆਂ, ਇਹ ਸਾਰਾ ਕੁਝ ਸਿੱਖੀ ਚ ਪ੍ਰਵਾਨ ਹੈ ਔਰ ਇਹ ਹੋਣਾ ਚਾਹੀਦਾ ਹੈ, ਇਹ ਜ਼ਰੂਰੀ ਆ। ਪਰ ਇਹਦੇ ਨਾਲ ਨਾਲ ਸਾਨੂੰ ਆਪਣੀ ਰਾਜਸੀ ਤਾਕਤ ਹਾਸਲ ਕਰਨ ਦੀ ਗੱਲ ਵੀ ਗੁਰੂ ਘਰ ਮਿਸਟੇਜ ਲਗਾਤਾਰ ਕਰਨੀ ਪਏਗੀ। ਜੇ ਇਹ ਬੰਦ ਹੋ ਗਈ ਤੇ ਇਸ ਵਾਕਿਆ ਦੁਸ਼ਮਣ ਦੀ ਜਿੱਤ, ਜੇ ਅਕਾਲ ਤਖਤ ਸਾਹਿਬ ਤੋਂ ਅੱਜ ਸਿੱਖੀ ਸਿਧਾਂਤ ਵਾਲੇ ਫੈਸਲੇ ਨਹੀਂ ਆਉਂਦੇ, ਅਸੀਂ ਗਾਲਾਂ ਕੱਢਦੇ ਹਾਂ ਨਾ ਜਥੇਦਾਰ ਨੂੰ, ਕਹਿੰਦੇ ਹਾਂ ਨਾ ਬਾਦਲਾਂ ਪਿੱਛੇ ਲੱਗ ਕੇ ਇਹਨਾਂ ਨੇ ਸਾਡਾ ਘਾਣ ਕਰਤਾ, ਤੇ ਜੇ ਅਸੀਂ ਵੀ ਉਹੀ ਕੁਝ ਕਰਨਾ ਹੈ, ਬੇਸ਼ੱਕ ਸਾਡੇ ਤੇ ਬਾਦਲ ਨਹੀਂ ਹੈਗੇ, ਪਰ ਜੇ ਸਾਡੇ ਗੁਰੂ ਘਰਾਂ ਦੇ ਵਿੱਚੋਂ ਸਾਡੀ ਆਜ਼ਾਦੀ ਦੀ ਗੱਲ ਬੰਦ ਹੋ ਗਈ ਤੇ ਸਾਡੇ ਤੇ ਬਾਦਲ ਹੋਵੇ ਨਾ ਹੋਵੇ ਗੱਲ ਵੱਖਰੀ ਹੈ, ਲੈਣ ਸਾਡੀ ਵੀ ਹੋਈ। ਸੋ ਸਾਨੂੰ ਆਪਣੇ ਲਾਇਨ ਖਿੱਚ ਕੇ ਰੱਖਣੀ ਪਏਗੀ, ਸਾਡੇ ਝੰਡੇ ਉੱਚੇ ਰਹਿਣੇ ਚਾਹੀਦੇ ਨੇ। ਗੁਰੂ ਘਰ ਦੇ ਵਿੱਚੋਂ ਜੇ ਇੱਕ ਝੰਡਾ ਵੀ ਥੱਲੇ ਹੁੰਦਾ ਹੈ ਉਹ ਸਿੱਖੀ ਦੀ ਹੀਣਤਾ, ਉਹ ਸਾਡਾ ਸਰੈਂਡਰ ਹੈ। ਸੋ ਅਸੀਂ ਜਿੱਥੇ ਆਪਣਾ ਧਰਮ ਦਾ ਝੰਡਾ ਉੱਚਾ ਰੱਖਣਾ ਹੈ ਉੱਥੇ ਸਾਡਾ ਰਾਜਨੀਤੀ ਦਾ ਝੰਡਾ ਵੀ ਉੱਚਾ ਰਹਿਣਾ ਚਾਹੀਦਾ ਹੈ। ਇਹ ਮਸਤ ਹੈ ਸਾਡੇ ਵਾਸਤੇ, ਇਹ ਕੋਈ ਸਿੱਖ ਨੇ ਮਨ ਦੀ ਖੇਡ ਨਹੀਂ ਕਿ ਮੇਰਾ ਮਨ ਕਰੇ ਤਾਂ ਮੈਂ ਇੱਥੇ ਗੱਲ ਕਰ ਲਵਾਂਗਾ, ਨਹੀਂ ਮਨ ਕਰਦਾ ਤਾਂ ਨਹੀਂ ਕਰਾਂਗਾ, ਫਿਰ ਤੁਸੀਂ ਅੱਧੀ ਸਿੱਖੀ ਵੱਢ ਕੇ ਪਹਿਲੇ ਗੁਰੂ ਘਰ ਚ ਬਾਹਰ ਕੱਢਤੀ। ਹਾਂ, ਕਿਸੇ ਸਮੇਂ ਤੇ ਤੁਹਾਡਾ ਪੈਂਤਰਾ ਜ਼ਰੂਰ ਬਦਲ ਸਕਦਾ ਵੀ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਕਰ ਰਹੇ ਹੋ, ਪਰ ਜੇ ਤੁਸੀਂ ਟੋਟਲੀ ਬੰਦ ਕਰਤੀ ਫਿਰ ਸਿੱਖੀ ਦਾ ਸਰਵਾਈਵਲ ਨਹੀਂ ਆਇਆ, ਫਿਰ ਗੁਰੂ ਘਰ ਦੀ ਉਹ ਸਪਿਰਿਟ ਨੂੰ ਮਾਰ ਲਓਗੇ ਤੁਸੀਂ। ਸੋ ਮੈਂ ਤੁਹਾਨੂੰ ਸਿਰਫ ਇੰਨੀ ਕੀ ਬੇਨਤੀ ਕਰਦੀ ਹਾਂ ਕਿ ਜਿੱਥੇ ਅਸੀਂ ਆਪਣਾ ਨਿੱਜੀ ਜੀਵਨ ਉੱਚਾ ਚੁਣਾ ਹੈ, ਨਾਮ ਸਿਮਰਨ ਦੇ ਨਾਲ ਜੁੜਨਾ ਹੈ, ਗੁਰਬਾਣੀ ਪੜ੍ਹਨੀ ਹੈ, ਜਿਹੜੇ ਇਹੋ ਜਿਹੇ ਦੀਵਾਨ ਕੀਰਤਨ ਇੱਥੇ ਤੁਸੀਂ ਆਈ ਡੋਂਟ ਨੋ ਕਿ ਤੁਸੀਂ ਹਫ਼ਤਾ ਵਾਰੀ ਕਰਦੇ ਹੋ ਜਾਂ ਮਹੀਨਾ ਵਾਰੀ ਕਰਦੇ ਹੋ, ਜਿਹੜੇ ਇਹ ਨਾਮ ਸਿਮਰਨ ਹੁੰਦੇ ਨੇ ਜ਼ਰੂਰੀ ਨੇ, ਕੋਸ਼ਿਸ਼ ਕਰੋ ਜੇ ਕਿ ਰੋਜ਼ ਵੀ ਉਹ ਲੱਗ ਕਰਦੇ, ਇਹ ਵੀ ਘੱਟ ਨਹੀਂ ਆ, ਪਰ ਉਹਦੇ ਨਾਲ ਨਾਲ ਕਿਤੇ ਨਾ ਕਿਤੇ ਸਾਨੂੰ ਆਪਣੇ ਰਾਜ ਦੀ ਗੱਲ ਕਰਦੇ ਰਹਿਣਾ ਹੋਵੇ। ਜਿਹੜਾ ਬੰਦਾ ਆ ਕੇ ਇੱਥੇ ਨਾਮ ਬਾਣੀ ਦੇ ਨਾਲ ਜੁੜੇ, ਜਿੱਥੇ ਵਾਹਿਗੁਰੂ ਨਾਮ ਸਿਮਰਨ ਮਨ ਚ ਲੈ ਕੇ ਜਾਵੇ ਉੱਥੇ ਖਾਲਸਾ ਨੂੰ ਮੈਂ ਆਪਣੇ ਮਨ ਵਿੱਚ ਵਸਾ ਕੇ ਜਾਵੇ ਤਾਂ ਇਹ ਰੂਪ ਘਰ ਦੀ ਸਤਿਗੁਰਤ ਆ ਜਾ। ਸੋ ਅਸੀਂ ਜਿੱਥੇ ਦਰਬਾਰ ਸਾਹਿਬ ਦੀ ਇੱਜ਼ਤ ਕਰਨੀ ਆ ਉੱਥੇ ਅਕਾਲ ਤਖਤ ਸਾਹਿਬ ਦੇ ਅੱਗੇ ਨਤਮਸਤਕ ਹੋਣਾ। ਸੋ ਜਿੱਥੇ ਅਸੀਂ ਹੱਥਾਂ ਦੇ ਗੁਰਕਾ ਸਾਹਿਬ ਰੱਖਣੇ ਨੇ ਉੱਥੇ ਸਾਡੇ ਬਦਲੇ ਕਿਰਪਾਨ ਵੀ ਰਹਿਣੀ ਚਾਹੀਦੀ, ਜਿੱਥੇ ਸਾਡੇ ਸਿੱਖੀ ਮਨ ਦੇ ਵਿੱਚ ਆ ਉੱਥੇ ਸਿੱਖੀ ਸਾਡੇ ਤਲ ਤੇ ਵੀ ਆਉਣੀ ਚਾਹੀਦੀ। ਸੋ ਜਿੱਥੇ ਇਹ ਰਾਜ ਸਾਡਾ ਆਪਣਾ ਆ, ਜਿੱਥੇ ਅਸੀਂ ਕਹਿੰਦੇ ਹਾਂ ਕਿ ਰਾਜ ਕਰੇਗਾ ਖਾਲਸਾ ਤੇ ਸਾਡੇ ਮਨਾਂ ਦੇ ਵੀ ਫੁੱਕ ਰਿਹਾ ਆ, ਉੱਥੇ ਇਹ ਰਾਜ ਕਰੇਗਾ ਖਾਲਸਾ ਦੁਨਿਆਵੀ ਤੌਰ ਤੇ ਬਾਹਰ ਵੀ ਆਉਣਾ, ਤੇ ਉਹ ਬਾਹਰ ਆਉਣ ਦਾ ਸਿਰਫ ਇੱਕੋ ਹੀ ਤਰੀਕਾ ਆ, ਉਹ ਆ ਪੰਜਾਬ ਨੂੰ ਆਜ਼ਾਦ ਕਰਾਉਣਾ ਤੇ ਪੰਜਾਬ ਨੂੰ ਖਾਲਸਾ ਬਣਾਉਣਾ। ਇਹਦੇ ਵਿੱਚ ਸਾਨੂੰ ਕੋਈ ਚਰਾਣੀ ਲਾਉਣੀਆਂ ਚਾਹੀਦੀਆਂ ਵੀ ਨਹੀਂ ਜੀ ਇਹ ਏਦਾਂ ਹੋ ਗਿਆ, ਸਾਡੇ ਆਪਣੇ ਕਰਕੇ ਹੋ ਗਿਆ, ਅਸੀਂ ਆਹ ਕਰ ਲਿਆ, ਸਾਡੇ ਤੇ ਆਹ ਹੋ ਗਿਆ, ਇਹ ਸਾਰਾ ਕੁਝ ਕਰੇਗਾ ਤੁਹਾਡਾ ਵਿਰੋਧੀ। ਤੇ ਜਦੋਂ ਸਾਡੇ ਮਨਾਂ ਜੇ ਲਗਾਉਣ ਲੱਗ ਪੈਣ ਵੀ ਨਹੀਂ ਪੰਜਾਬ ਆਜ਼ਾਦ ਹੋਣਾ, ਇਹਦੋਂ ਵੱਡੀ ਦੁਸ਼ਮਣ ਦੀ ਜਿੱਤ ਹੋ ਗਈ, ਕਿਸੇ ਕੋ ਖੁਦ ਹੀ ਕਹਿਣ ਲੱਗ ਪਿਆ ਕਿ ਮੈਂ ਆਜ਼ਾਦ ਨਹੀਂ ਹਾਂ ਸਾਡਾ, ਦੁਸ਼ਮਣ ਜਿੱਤ ਗਿਆ ਹੈ। ਸੋ ਅਸੀਂ ਆਪਣੇ ਦੁਸ਼ਮਣ ਨੂੰ ਇੰਨਾ ਸੌਖਾ ਜਿੱਤਣ ਨਹੀਂ ਦੇਣਾ, ਸਾਰੇ ਆਪਣੇ ਜਿੱਥੇ ਬੱਚੇ ਸਾਂਭਣੇ ਨੇ, ਜਿੱਥੇ ਘੱਲੂ ਘਰ ਚ ਇਹ ਗੱਲ ਸਿੱਖੀ ਆ ਵੀ ਬੀਬੀਆਂ ਦੇ ਬੱਚੇ ਸਾਂਭੇ ਨੇ ਸਿੰਘਾਂ ਨੇ, ਉੱਥੇ ਸਾਂਭਣ ਦੇ ਨਾਲ ਨਾਲ ਇਹ ਵੀ ਗੱਲ ਯਾਦ ਰੱਖੋ ਵੀ ਨੌਜਵਾਨ ਨਜ਼ਰ ਨੇ ਜੰਗ ਚ ਜੁੱਝਣਗੇ ਤਾਂ ਬਚਣੇ।
ਅਦਰਵਾਈਜ਼ ਨਹੀਂ ਬਚ ਸਕੋ। ਤੁਸੀਂ ਜੇ ਇਹ ਕਹੋ ਫਿਰ ਨੌਜਵਾਨ ਵੀ ਬਚਾ ਕੇ ਨਾਲੇ ਫਿਰ ਕੁਝ ਨਹੀਂ ਬਚਦਾ, ਫਿਰ ਸਭ ਰਗੜੇ ਜਾਣ। ਸਚਕਰਧਾਰੀ ਸਚਕਰਧਾਰੀ ਸੰਭਾਲੇ ਜੋ ਕਿ ਦਰਪੋ ਮਤਲਬ ਜੰਗ ਦੇ ਵਿੱਚ ਨਿਤਰਨਾ ਪਏ, ਚਾਹੇ ਰਾਜਨੀਤਿਕ ਤੌਰ ਤੇ ਨਿਚਰੋ ਤੇ ਚਾਹੇ ਹਥਿਆਰਾਂ ਤੋਂ ਨਿਤਰੋ, ਉਹ ਬਾਅਦ ਦੀ ਗੱਲ ਹੈ, ਪਰ ਤੁਹਾਨੂੰ ਰਾਜਨੀਤਿਕ ਮੈਦਾਨ ਵਿੱਚ ਨਿਤਰਨਾ ਪਏਗਾ। ਤੇ ਜੇ ਸਾਡੇ ਮਨ ਚ ਇਹ ਵਹਿਮ ਆ ਗਿਆ ਕਰਦੇ ਅਸੀਂ ਇਹਨੂੰ ਬਚਾ ਲਈਏ ਉਹਨੂੰ ਬਚਾ ਲਈਏ, ਦੁਸ਼ਮਣ ਕਿਸੇ ਨੂੰ ਨੀ ਛੱਡੇਗਾ। ਕਿਸੇ ਇੱਕ ਜਨਰੇਸ਼ਨ ਨੂੰ ਹਮੇਸ਼ਾ ਹੀ ਦੁਸ਼ਮਣ ਦਾ ਟਾਕਾ ਕਰਨਾ ਪੈਂਦਾ ਹੁੰਦਾ, ਤੇ ਸਾਡੇ ਇਤਿਹਾਸ ਵਿੱਚ ਇਹ ਗੱਲ ਪਈ ਆ, ਜਿਹੜਾ ਵੀ ਸਿੱਖ ਸਮਰਾਟ ਆ ਉਹਨੇ ਦੁਸ਼ਮਣ ਦਾ ਟਾਕਰਾ ਕੀਤਾ। ਸੋ ਅਸੀਂ ਵੀ ਆਪਣਾ ਰਾਜ ਪ੍ਰਬੰਧ ਲੈਂਦੇ ਰਹੇ, ਕੌਮੀ ਘਰ ਕਬਰਸਤਾਨ ਬਣਾਉਣ ਦੇ ਲਈ ਯਤਨਸ਼ੀਲ ਹੋਣਾ ਹੈ, ਉਹਦੇ ਲਈ ਸਾਨੂੰ ਦੁਸ਼ਮਣ ਦੇ ਨਾਲ ਹਰ ਪਾਸੋਂ ਟਾਕਰਾ ਕਰਨਾ ਪਏਗਾ, ਚਾਹੇ ਉਹ ਦੁਸ਼ਮਣ ਤੁਹਾਡੇ ਗੁਰਦੁਆਰਿਆਂ ਤੇ ਆਵੇ, ਚਾਹੇ ਉਹ ਦੁਸ਼ਮਣ ਤੁਹਾਡੇ ਘਰਾਂ ਤੇ ਆਵੇ, ਚਾਹੇ ਉਹ ਦੁਸ਼ਮਣ ਤੁਹਾਡੀ ਸਮਾਜਿਕ ਜ਼ਿੰਦਗੀ ਤੇ ਆਵੇ, ਤੇ ਚਾਹੇ ਉਹ ਦੁਸ਼ਮਣ ਤੁਹਾਡੀ ਇਕਨੋਮਿਕ ਜ਼ਿੰਦਗੀ ਤੇ ਆਵੇ। ਇੱਕ ਵੱਡਾ ਕਾਰਨ ਹੈ ਕਿ ਸਾਨੂੰ ਆਪਣਾ ਪੰਜਾਬ ਛੱਡਣਾ ਪਿਆ, ਕਿਉਂ? ਕਿਉਂਕਿ ਸਾਨੂੰ ਲੱਗਿਆ ਕਿ ਪੰਜਾਬ ਦੇ ਵਿੱਚ ਸਾਡਾ ਜੀਵਨ ਸੁਰੱਖਿਅਤ ਨਹੀਂਗਾ, ਸਾਡੀ ਜੇਬ ਸੁਰੱਖਿਅਤ ਨਹੀਂਗੀ, ਸਾਡੀ ਇਕਾਨਮੀ ਸੁਰੱਖਿਅਤ ਨਹੀਂਗੀ, ਤੇ ਅਸੀਂ ਪੰਜਾਬ ਛੱਡਤਾ। ਇਹਦਾ ਮਤਲਬ ਦੁਸ਼ਮਣ ਕਾਮਯਾਬ ਹੈ, ਉਹਨੇ ਹਮਲਾ ਕੀਤਾ ਸਾਡੀ ਇਕਾਨਮੀ ਦੇ ਉੱਤੇ। ਤੇ ਤੁਸੀਂ ਅਸੀਂ ਜੇ ਇਹ ਮੰਨ ਲਿਆ ਵੀ ਨਹੀਂ ਹੁਣ ਦੁਸ਼ਮਣ ਦੇ ਸਾਹਮਣੇ ਸਰੈਂਡਰ ਕਰ ਦੇਣਾ ਹੈ, ਤੇ ਫਿਰ ਇਹ ਦੁਸ਼ਮਣ ਦੀ ਜਿੱਤੀ ਹੋਈ। ਸੋ ਅਸੀਂ ਸਿੱਖੀ ਦੀ ਅਸਲੀ ਸਪਿਰਿਟ ਨੂੰ ਸਮਝੀਏ, ਜਿੱਥੇ ਨਾਮ ਬਾਣ ਦੇ ਨਾਲ ਜੁੜੀਏ ਉੱਥੇ ਰਾਜਨੀਤਿਕ ਤੌਰ ਤੇ ਵਿੱਚ ਜਾਈਏ, ਸੰਪੂਰਨ ਸਿੱਖ ਬਣੀਏ, ਨਿਤਨੇਮ ਪੂਰਾ ਹੋਵੇ, ਗੁਰੂ ਦੇ ਸਿੱਖ ਪੂਰੇ ਬਣੋ, ਪਰ ਉਹਦੇ ਨਾਲ ਨਾਲ ਰਾਜਨੀਤਿਕ ਸਮਝ ਪੂਰੀ ਹੋਵੇ, ਜਿੱਥੇ ਸਾਡਾ ਗੁਰੂ ਗ੍ਰੰਥ ਸਾਹਿਬ ਜਿਹਨਾਂ ਤਖਤਾਂ ਦੇ ਬਿਰਾਜਮਾਨ ਆ ਤੇ ਸਾਨੂੰ ਰੂਹਾਨੀਅਤ ਦੀ ਖੁਰਾਕ ਵੰਡਦਾ ਆ, ਉੱਥੇ ਹੀ ਅਸੀਂ ਉਹ ਵੀ ਦਿਨ ਵੇਖਣ ਦੀ ਬੇਤਾਬ ਹਾਂ ਜਿੱਦਾਂ ਅਕਾਲ ਤਖਤ ਦੇ ਉੱਤੋਂ ਵੀ ਸਿੱਖੀ ਦੀ ਸਪਿਰਿਟ ਪੂਰੀ ਤਰ੍ਹਾਂ ਨਾਲ ਪ੍ਰਚੰਡ ਹੋਵੇ, ਤੇ ਉਹ ਉੱਧਰ ਆਏਗੀ ਜਿੱਦਾਂ ਖਾਲਸਾ ਦਾ ਝੰਡਾ ਪੰਜਾਬ 'ਚ ਚੁਗੇਗੀ। ਸੋ ਇਹਨੇ ਗੱਲਾਂ ਦੇ ਨਾਲ ਤੁਹਾਡੇ ਤੋਂ ਮਾਫ਼ੀ ਮੰਗਦਾ, ਹੋ ਸਕਦਾ ਕਿਸੇ ਨੂੰ ਗੱਲ ਤੋਂ ਕੌਮੀ ਲੱਗੀ ਹੋਵੇ ਜਾਂ ਤੁਹਾਨੂੰ ਲੱਗਾ ਹੋਵੇ ਕਿ ਪਤਾ ਨਹੀਂ ਕਿੱਥੋਂ ਆ ਕੇ ਕੀ ਬੋਲ ਕੇ ਚੱਲ ਗਿਆ, ਪਰ ਜਿੰਨੀ ਗੁਰੂ ਮਹਾਰਾਜ ਨੇ ਸਮਝ ਦਿੱਤੀ ਸਿੱਖੀ ਤੇ ਰਾਜਨੀਤੀ ਨੂੰ ਸਮਝਣ ਦੀ ਕਿ ਸਿੱਖੀ ਦੇ ਰਾਜਨੀਤੀ ਦਾ ਕੀ ਸੰਦੇਸ਼ ਹੈ, ਉਹਨਾਂ ਤੁਹਾਡੇ ਨਾਲ ਕੋਸ਼ਿਸ਼ ਕੀਤੀ ਹੈ। ਤੁਸੀਂ ਜ਼ਿਆਦਾ ਸਿਆਣੇ ਹੋ, ਸੰਗਤ ਹਮੇਸ਼ਾ ਹੀ ਦੋ ਕਿਸੇ ਅੱਗੇ ਹੀ ਹੁੰਦੀ ਹੈ, ਇਸ ਗੱਲ ਨੂੰ ਮੰਨਦਾ ਹੈ ਕਿ ਤੁਹਾਡੇ ਵਿੱਚ ਬਹੁਤ ਸਾਰੇ ਸਰੀਰ ਤੇ ਦਿਮਾਗ ਹੋ ਰਹੇ, ਜਿੰਨਾ ਵੀ ਸ਼ਾਇਦ ਲੱਗਾ ਹੋਵੇ ਕਿ ਉਹਨੇ ਬਕਵਾਸ ਮਾਰ ਕੇ ਚੱਲ ਗਿਆ, ਸਿੱਖੀ ਸੱਚਾ ਹੈ ਨਹੀਂ, ਸੋ ਉਸ ਗੱਲ ਨੂੰ ਵੀ ਮੰਨਦਾ, ਹੋ ਸਕਦਾ ਮੈਂ ਗਲਤ ਹੋਵਾਂ, ਪਰ ਜੇ ਮੈਂ ਗਲਤ ਹੈ ਤਾਂ ਮੇਰਾ ਦਰੁਸਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰੋ, ਪਰ ਜੇ ਸਹੀ ਆ ਤੇ ਇਹ ਸ਼ਬਦ ਤਾਂ ਲੱਗਦਾ ਕਿ ਸਿੱਖੀ ਦੇ ਸਿਧਾਂਤ ਅਨੁਸਾਰ ਠੀਕ ਹੈ, ਤੇ ਫਿਰ ਆਪਣੇ ਨਾਲ ਬੰਨ ਕੇ ਜ਼ਰੂਰ ਰਹਿ ਜਾਓ, ਔਰ ਖਾਲਸਾ ਦੇ ਪ੍ਰਾਪਤੀ ਦੇ ਲਈ ਜਿੰਨਾ ਜਲਦੀ ਕਰ ਸਕਦੇ ਜ਼ਰੂਰ ਕਰੋ। ਸੋ ਇਹਨੇ ਗੱਲ ਨਾਲ ਕਿਵੇਂ ਬਦਲ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।